ਬੜੇ ਦਿਨ ਹੋ ਗਏ ਕੋਈ ਕਲਾਮ ਨਹੀਂ ਸੁਣਿਆ, ਇੱਕ ਸਕੂਨ ਨਹੀਂ ਮਿਲਿਆ ਉਹ ਵਾਲੀਆਂ ਵੀਡੀਓਜ਼ ਦੇਖ ਕੇ ਜਿੱਦਾਂ ਦੀਆਂ ਵੀਡੀਓਜ਼ ਆਪਾਂ ਪਹਿਲਾਂ ਦੇਖਦੇ ਸੀ। ਸੋ ਅੱਜ ਇੱਕ ਦੇਖਦੇ ਹਾਂ ਕਲਾਮ ਹੀਰ ਵਾਰਿਸ ਸ਼ਾਹ ਦੀ, ਆ ਜਾਓ। ਕਿਆ ਬਾਤ ਹੈ। ਹੀਰ ਆਖਿਆ ਸੁੱਤੇ ਸੋ ਸਭ ਮੁਠੇ, ਸੋਹਣੀ ਆਵਾਜ਼ ਮੁੰਡੇ ਦੀ। ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ, ਵਲੀ ਤੇ ਗੋਸ ਤੇ ਕੁਤਬ ਮਾਰੇ ਹੋ, ਨੀਂਦਰ ਮਾਰਿਆ ਰਾਪ ਦਾਣਿਆਂ ਨੂੰ, ਇਸ ਨੀਂਦ ਨੇ ਸ਼ਾਹ ਫਕੀਰ ਕੀਤੇ ਰੋ ਬੈਠੇ ਬਕ ਤਵਹਾਣਿਆਂ ਨੂੰ, ਨੀਂਦ ਹਸਨ ਹੁਸੈਨ ਸ਼ਹੀਦ ਕੀਤੇ ਹੋ, ਕੁੱਠੇ ਕਰਬਲਾ ਵਿੱਚ ਸ਼ਹਾਣਿਆਂ ਨੂੰ। ਬਹੁਤ ਸੋਹਣਾ ਲਿਖਿਆ ਯਾਰ ਇਹ, ਮਤਲਬ ਜਿਸ ਤਰ੍ਹਾਂ ਨਾਲ ਗੱਲ ਕਰ ਰਹੇ ਹੈ ਨਾ ਵਿੱਚ ਕਿ ਨੀਂਦ ਨੇ ਬੜੇ ਸ਼ਹੀਦ ਕੀਤੇ, ਬੜਾ ਕੁਛ ਕਰਤਾ। ਇੱਥੇ ਇਹਨਾਂ ਨੇ ਕਰਬਲਾ ਦੇ ਮੈਦਾਨ ਦੀ ਗੱਲ ਕੀਤੀ, ਕਰਬਲਾ ਦੇ ਯੁੱਧ ਦੀ ਗੱਲ ਕੀਤੀ ਆ, ਹੈ ਨਾ, ਹੋਰ ਵੀ ਗੱਲਾਂ ਕਰ ਰਿਹਾ। ਅਮੇਜ਼ਿੰਗ। ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈ, ਸਹੀ ਹੈ, ਦਿੰਦੀ ਨੀਂਦ ਛਡਾ ਟਿਕਾਣਿਆਂ ਨੂੰ, ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈ ਹੋ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ, ਨੀਂਦ ਪਤ ਯਾਕੂਬ ਦਾ ਸੁਣਿਆ ਹੋਸੀਆ ਯੂਸੁਫ ਦਾਣਿਆਂ ਨੂੰ, ਨੀਂਦ ਸ਼ੇਰ ਤੇ ਦਿਓ ਇਮਾਮ ਕੁੱਠੇ ਹੋ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ, ਹਾਬੀਲ ਕਬੀਲ ਦਾ ਜੰਗ ਹੋਇਆ। ਇਤਿਹਾਸ ਦੇ ਸਾਰੇ ਵਰਕੇ ਫੋਲਤੇ ਬਾਈ ਨੇ ਅੱਜ। ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ, ਖਵਾਹਿਸ਼ ਹੱਕ ਦੀ ਕਲਮ ਤਕਦੀਰ ਵਗੀ ਹੋ, ਮੋੜੇ ਕੌਣ ਅਲਾਦਿਆਂ ਪਾਣਿਆਂ ਨੂੰ, ਸੁੱਤੇ ਸਾਈਬ ਗੁੱਤੜੇ ਵਹਿਮ ਵਾਂਗੂ ਹਾਂ,
लब नींद है दियो रजाणियानू राजे हीर नू बन ले चले खेड़े हो दोवे रोंदे नी वक्त विहाणियानू नींद फजर दी खांदे कई कीती हो खबरां पुछिए दर्द रंजाणियानू नींद वेख जो सस्सी नू वक्त पाया ओ फिर टूट दिया रिवहाणियानू नींद मिर्जे दसीस कटा दिता मेरे दिमाग आई चल ओ कत कखा दे विच फुकाणियानू मारे निद्रा दे ओ मारे निद्रा दे नहीं ताप आए रैया हसरता नींद सताणियानू ओए ना वेलेयानू पिछो याद कर सैं ओ जट्टी हीर दे सुखन अलाणियानू किसा ततड़े वक्त सीनियो लगा असा बीजया पुजया साढ़े तीन हथ जमीन मिलक तेरा हो मुल्क तेरा वारस वड़े क्यों एड वलाणियानू साढ़े तीन हथ जमीन मिलक तेरा हो वारस वले क्यों एड वलाणियानू अंदर साढ़े तीन हथ जमी है मिलक तेरा हुण क्योंकि उर्दू है तो बिच शायद ठेठ पंजाबी दे वर्ड्स है इहदा मतलब की होया मतलब साढ़े तीन हथ लाइक कबर की गल की गई है इत्थे कि मे बी इट कैन बी पॉसीबल सो अज की जी वीडियो सी यार देखो मैं जिदा स्टार्टिंग कहा कि बड़ा टाइम हो गया कोई इदा का कलाम कोई इदा का सुनिया नहीं जिदा सुकून मिले सब तो पहला तो मुंडे की आवाज़ बहुत ही सोहनी है जिस ढंग इन्हें उच्चा गाया है ना सुपर कि साफ तो सुथरा गाया गले दियाँ जो हरकत बहुत ही सोहनी है बड़ा सुरच गाया ठीक है तो दूजी गल जड़ा भी लिखा गया ये वारिस शाह की ही हीर के ही कलाम है शायद जां इन इन विच मतलब कि एडिशन्स किए गए इन्होंने खुद विच लिखिया हुण इहदे बारे मैनूं पक्का नहीं पता ठीक है लेकिन जो भी लिखिया गया देखो बहुत सोहना लिखिया स्टार्टिंग इन्होंने की कि पूरी इतिहास के जिहड़े इन्होंने वर्के फोलते हर पन्ने दे विच इन्होंने उस गल का जिक्र किया कि किस तरह जो नींद आ उन्हें मतलब कि दुनिया च बड़े सारे शहीद किए
ਠੀਕ ਹੈ, ਬੜੇ ਲੋਕਾਂ ਨੂੰ ਠੱਗਿਆ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਉਹ ਹੀਰ ਰਾਂਝੇ 'ਤੇ ਆ ਗਏ, ਮਿਰਜ਼ਾ ਸਾਹਿਬਾਂ 'ਤੇ ਆ ਗਏ, ਫਿਰ ਐਂਡ 'ਤੇ ਉਹਨਾਂ ਨੇ ਗੱਲ ਹੀ ਮੁਕਾ ਤੀ। ਠੀਕ ਹੈ, ਦੇਖੋ ਇਹ ਉਹਨਾਂ ਨੇ ਪੁਰਾਣੀਆਂ ਗੱਲਾਂ ਕੀਤੀਆਂ, ਅਤੇ ਆਪਣੇ ਕੋਲ ਤਾਂ ਇਤਿਹਾਸ ਦੇ ਵਿੱਚ ਇਹ ਬੜੀਆਂ ਚੀਜ਼ਾਂ, ਪਰ ਇਹ ਗੱਲ ਤੁਸੀਂ ਅੱਜ 'ਚ ਵੀ ਇਹ ਜਿਹੜੀ ਹੈ ਇੰਪਲੀਮੈਂਟ ਕਰ ਸਕਦੇ ਹਾਂ ਕਿ ਦੇਖੋ ਤੁਸੀਂ ਨੀਂਦ ਕਿਹਨੂੰ ਨਹੀਂ ਪਿਆਰੀ, ਸਭ ਨੂੰ ਪਿਆਰੀ ਹੈ, ਪਰ ਅਕੋਰਡਿੰਗ ਟੂ ਦਾ ਡਾਕਟਰਸ ਆਪਾਂ ਨੂੰ ਸੋਣਾ ਚਾਹੀਦਾ ਲਗਭਗ 6 to 8 ਘੰਟੇ। ਠੀਕ ਹੈ, ਲੇਕਿਨ 6 ਘੰਟੇ ਵੀ ਸਫੀਸ਼ੈਂਟ ਹੁੰਦੇ ਆ ਇੱਕ ਅਡਲਟ ਦੇ ਲਈ। ਠੀਕ ਹੈ, ਤੁਸੀਂ 6 ਘੰਟੇ ਸੌਂ ਕੇ ਬਾਕੀ ਸਾਰੇ ਘੰਟੇ ਆਪਣਾ ਜਾਗ ਕੇ ਕੰਮ ਕਾਰ ਕਰ ਸਕਦੇ ਹੋ, ਲੇਕਿਨ ਜਦੋਂ ਰਾਤ ਨੂੰ ਆਪਾਂ ਫੋਨ ਚਲਾਉਂਦੇ ਹਾਂ ਅਤੇ ਫੋਨ ਫਿਰ ਇੱਦਾਂ ਇੱਦਾਂ ਉੱਪਰ ਉੱਪਰ ਇੰਸਟਾਗ੍ਰਾਮ ਦੀਆਂ ਰੀਲਸ, ਟਿਕਟੋਕ, ਠੀਕ ਹੈ, ਇਹ ਸਭ ਕੁਝ ਚੱਲਦਾ ਰਹਿੰਦਾ, ਪਤਾ ਨਹੀਂ ਲੱਗਦਾ ਕਦੋਂ 12-1 ਵੱਜ ਜਾਂਦੇ ਆ, ਅਤੇ ਫਿਰ ਸਵੇਰੇ ਉੱਠਿਆ ਹੀ ਨਹੀਂ ਜਾਂਦਾ, ਸਾਰਾ ਸਿਸਟਮ ਖਰਾਬ ਹੋਇਆ ਹੋਇਆ। ਅਤੇ ਅੱਜ ਕੱਲ੍ਹ ਨੀਂਦ ਦਾ ਪਹਿਲਾਂ ਵਾਲੀਆਂ ਐਗਜ਼ਾਮਪਲਾਂ ਉਹਨਾਂ ਨੇ ਦਿੱਤੀਆਂ ਕਿ ਜਦੋਂ ਜੰਗਾਂ ਹੁੰਦੀਆਂ ਸੀ, ਯੁੱਧ ਹੁੰਦੇ ਸੀ, ਉਹ ਜਿੱਦਾਂ ਹੁਣ ਮਿਰਜ਼ਾ ਇਹਨੂੰ ਨੀਂਦ, ਆਪ ਸਭ ਨੂੰ ਪਤਾ ਮਿਰਜ਼ਾ ਸਾਹਿਬਾਂ ਦੀ ਸਟੋਰੀ ਕਿ ਉਹ ਸੁੱਤਾ ਪਿਆ ਸੀ, ਸਾਹਿਬਾਂ ਨੇ ਉਹਦੇ ਤੀਰ ਤੋੜ ਤੇ, ਭਰਾ ਨਾ ਆ ਕੇ ਮਾਰ ਦੇਣ, ਠੀਕ ਹੈ, ਭਰਾ ਨੂੰ ਨਾ ਮਾਰ ਦੇ, ਸੋ ਹੋਇਆ ਉਹਦੇ ਉਲਟ ਕਿ ਭਰਾਵਾਂ ਨੇ ਮਿਰਜ਼ੇ ਨੂੰ ਮਾਰਤਾ ਕਿਉਂਕਿ ਉਹ ਸੁੱਤਾ ਪਿਆ ਸੀ, ਜੇ ਨਾ ਜ ਸੁੱਤਾ ਹੁੰਦਾ ਨਾ ਤੀਰ ਟੁੱਟਦੇ, ਨਾ ਉਹਨੂੰ ਜਾਣ ਤੋਂ ਹੱਥ ਧੋਣੇ ਪੈਂਦੇ, ਇਹ ਸਭ ਚੀਜ਼ਾਂ। ਅਤੇ ਦੇਖੋ ਜਿਹੜਾ ਪਾਕਿਸਤਾਨ ਦਾ ਮੁਲਕ ਹੈ ਨਾ, ਪਾਕਿਸਤਾਨ ਦੇ ਵਿੱਚ ਜੋ ਪੰਜਾਬ ਆ, ਬਹੁਤ ਸਾਰਾ ਕਲਚਰ ਆ ਉੱਥੇ ਆਪਣਾ ਪੰਜਾਬੀਆਂ ਦਾ, ਤੁਸੀਂ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਠੀਕ ਹੈ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਹੋਰ ਪਤਾ ਨਹੀਂ ਕਿੰਨੇ ਕੁ ਨਾਮ ਇੱਦਾਂ ਦੇ ਜਿਨ੍ਹਾਂ ਨੇ ਮਤਲਬ ਹਰ ਤਰ੍ਹਾਂ ਦੇ ਇਸ਼ਕ ਦੀ ਗੱਲ ਕੀਤੀ ਹੈ, ਅਤੇ ਜਿੰਨੇ ਵੀ ਉਸ ਤੋਂ ਬਾਅਦ ਰਾਈਟਰ ਹੋਏ ਆ ਉਹਨਾਂ ਨੇ ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਇਹੋ ਜਿਹੇ ਜੋ ਸ਼ਖਸ ਹੋਏ ਸੀ, ਇਹਨਾਂ ਦੇ ਇਸ਼ਕ ਨੂੰ ਇਹਨਾਂ ਨੇ ਰੱਬ ਦੇ ਇਸ਼ਕ ਦੇ ਨਾਲ ਜਿਸ ਤਰ੍ਹਾਂ ਮਿਲਾਇਆ ਆਪਦੀਆਂ ਪੋਇਟਰੀਜ਼ ਦੇ ਵਿੱਚ, ਆਪਦੀਆਂ ਕਵਿਤਾਵਾਂ ਦੇ ਵਿੱਚ, ਉਹ ਬੜੇ ਸੋਹਣੇ ਅਤੇ ਸੁਚੱਜੇ ਢੰਗ ਦੇ ਨਾਲ ਇਹਨਾਂ ਨੇ ਉਹ ਚੀਜ਼ ਆਪਾਂ ਨੂੰ ਅੱਗੇ ਦਿਖਾਈ ਹੈ, ਪੇਸ਼ ਕੀਤੀ ਹੈ। ਅਤੇ ਹੁਣ ਜਿਵੇਂ ਅੱਜ ਕੱਲ੍ਹ ਇੱਦਾਂ ਦੇ ਜੋ ਕੋਈ ਨਾਤ ਖਵਾਇਆ ਜਾਂ ਕੋਈ ਕਲਾਮ ਗਾਉਣ ਵਾਲਾ ਮੁੰਡਾ, ਕਲਾਮ ਪੜ੍ਹਨ ਵਾਲਾ ਮੁੰਡਾ, ਅਤੇ ਉਹ ਜਦੋਂ ਕਲਾਮ ਪੜ੍ਹਦੇ ਆ ਤਾਂ ਬੜਾ ਸਕੂਨ ਮਿਲਦਾ ਯਾਰ। ਇਹ ਕਲਚਰ ਆ ਆਪਣਾ, ਇਹਨੂੰ ਆਪਾਂ ਸਾਂਭ ਕੇ ਰੱਖ ਸਕਦੇ ਹਾਂ ਨਾ, ਪਰ ਪੰਜਾਬੀ ਦੀ ਗੱਲ ਕਰੀਏ ਤਾਂ ਫਿਰ ਇੱਥੇ ਉਹੀ ਆ ਜਾਂਦਾ ਕਿ ਪੰਜਾਬੀ ਦਾ ਖੇ ਜੀ ਅਨਪੜ੍ਹਾਂ ਦੀ ਜ਼ੁਬਾਨ ਆ, ਹੈ ਨਾ, ਫਿਰ ਉਦੋਂ ਦੁੱਖ ਵੀ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਸੋ ਕਾਲਡ ਪੜ੍ਹੇ ਲਿਖੇ ਅਨਪੜ੍ਹ ਹੈ ਉਹ ਫਿਰ ਆਪਦੀ ਮਾਂ ਬੋਲੀ ਨੂੰ ਇੱਦਾਂ ਸਮਝਦੇ ਕਿ ਵੀ ਜੇ ਅਸੀਂ ਇਹ ਬੋਲਾਂਗੇ ਤਾਂ ਅਸੀਂ ਅਨਪੜ੍ਹ ਕਹਿਲਾਏ ਜਾਵਾਂਗੇ। ਪਰ ਦੇਖੋ ਮਾਂ ਬੋਲੀ ਬੋਲ ਕੇ ਵੀ ਤੁਸੀਂ ਸਕਸੈਸ ਹਾਸਲ ਕਰ ਸਕਦੇ ਹੋ ਹਰ ਫੀਲਡ ਦੇ ਵਿੱਚ। ਮੈਨੂੰ 6ਵਾਂ ਸਾਲ ਹੈ ਯੂਟਿਊਬ 'ਤੇ ਕੰਮ ਕਰਦੇ ਹਾਂ, ਅਤੇ ਚੈਨਲ ਦਾ ਨਾਮ ਹੀ ਹੈ ਪੰਜਾਬੀ ਰੀਲ ਟੀਵੀ, ਅਤੇ ਮੈਂ ਪੰਜਾਬੀ ਵਿੱਚ ਹੀ ਗੱਲ ਕਰਦਾ, ਅਤੇ ਹੋਰ ਵੀ ਕਾਫੀ ਸਾਰੇ ਲੋਕ ਆ ਜਿਹੜੇ ਕਹਿੰਦੇ ਆ ਕਿ ਭਾਅ ਜੀ ਸਾਨੂੰ ਸਮਝ ਨਹੀਂ ਆਉਂਦੀ, ਮੈਂ ਜ਼ਰੂਰ ਸਮਝ ਸਕਦਾ ਯਾਰ, ਉਹਨਾਂ ਲਈ ਵੀ ਜਲਦੀ ਹੀ ਮੈਂ ਕੁਛ ਕਰੂੰਗਾ, ਕੋਈ ਸਬ ਟਾਈਟਲ ਤਰ੍ਹਾਂ ਕੁਛ ਕੋਈ ਚੀਜ਼ ਆਪਾਂ ਐਡ ਕਰਾਂਗੇ, ਠੀਕ ਹੈ, ਤਾਂ ਜੋ ਸਾਰੇ ਲੋਕਾਂ ਨੂੰ ਸਮਝ ਲੱਗ ਸਕੇ। ਲੇਕਿਨ ਹਾਂ ਆਉਂਦੀਆਂ ਜ਼ਰੂਰ ਆ, ਇੰਗਲਿਸ਼ ਵੀ ਆਉਂਦੀ ਹੈ ਮਾੜੀ ਮੋਟੀ, ਅਤੇ ਹਿੰਦੀ ਤਾਂ ਚਲੋ ਵਧੀਆ ਬੋਲ ਲਈਦੀ ਹੈ, ਸਮਝ ਲਈਦੀ ਹੈ, ਬਾਕੀ ਵੀ ਕੋਸ਼ਿਸ਼ ਕਰਦੇ ਹਾਂ ਹੋਰ ਭਾਸ਼ਾਵਾਂ ਸਿੱਖਣ ਦੀ, ਪਰ ਪਹਿਲੇ ਨੰਬਰ 'ਤੇ ਤਾਂ ਹਮੇਸ਼ਾ ਆਪਣੀ ਮਾਂ ਬੋਲੀ ਹੋਣੀ ਚਾਹੀਦੀ ਹੈ। ਤੁਸੀਂ ਵੀ ਇੱਦਾਂ ਹੀ ਸਮਝੋ ਰੱਖੋ, ਕਿਉਂਕਿ ਸਕੂਲਾਂ ਦੇ ਵਿੱਚ ਉਹ ਚੀਜ਼ ਹੈ ਨਹੀਂ ਅੱਜ ਕੱਲ੍ਹ, ਇਹ ਆਪਣੇ ਬੱਚਿਆਂ ਨੂੰ ਆਪਾਂ ਆਪ ਹੀ ਸਿਖਾਉਣੀ ਹੈ। ਬਾਕੀ ਇੱਦਾਂ ਦੇ ਕਲਾਮ, ਇੱਦਾਂ ਦੀਆਂ ਨਾਤ ਸੁਣਦੇ ਰਿਹਾ ਕਰੋ, ਇਹਦੇ ਨਾਲ ਤਸੱਲੀ ਮਿਲਦੀ ਹੈ, ਇੱਕ ਸਕੂਨ ਮਿਲਦਾ ਕਿ ਹਾਂ ਯਾਰ ਚਲੋ ਅਸੀਂ ਵੀ ਥੋੜ੍ਹੇ ਭਾਗੀਦਾਰ ਤਾਂ ਬਣੀਏ ਆਪਣੇ ਕਲਚਰ ਨੂੰ ਜ਼ਿੰਦਾ ਰੱਖਣ ਦੇ ਵਿੱਚ, ਕਿ ਅਸੀਂ ਸੁਣ ਤਾਂ ਰਹੇ ਹਾਂ, ਹੈ ਨਾ। ਸ਼ੇਅਰ ਕਰਿਆ ਕਰੋ ਇੱਦਾਂ ਦੀਆਂ ਵੀਡੀਓਜ਼, ਬਾਕੀ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ।